देखो प्राइवेट कंपनियां जिन्हां ने औरतां नूं लोन दित्ते होए ने कर्फ्यू विच भी किश्तां लैण लई ओह कर रहे ने गरीब लोकां नूं परेशान। कोरोना वायरस की महामारी करके जिथे पूरा देश 3 मई तक घरां विच रहण लई मजबूर है उत्थे ही प्राइवेट कंपनियां वाले जिन्हां ने औरतां नूं छोटे छोटे लोन दित्ते होए ने ओह हुण कर्फ्यू दे विच लोकां दे घरां विच जा किश्तां मंग रहे ने। जी हाँ, मामला है मोगा का, गुरु श्री चंद नगर छज घाटा गरीब बस्ती विच जिथे बहुत सारिया औरतां ने बंधन कंपनी तो लोन लिया होया है। अज उत्थे कंपनी वालों किश्तां दी मंग कीती गई तो गरीब लोगों ने कहा कि साडे कोल तां खाने लई रोटी नहीं है, असी तुहानू किश्तां कित्थों दईए। साडी टीम नाल गलबात करदिआं होइआं इन्हां दुखी गरीब औरतां ने की कहा, तुसीं आप सुणो। किसी रोटी एक दूजे तों कदे पत्ती लै ली, कितों खंड मंग ली, कितों तों सब्जी दाल मंग के टाइम पसा मसा करदे आंगे। किसी तों कुबली आटे दी आपदे चीजे बाहर मंगन जाने आ, सर सर सानू बाहर नहीं मंगन दिंदे। वी असी जाइए किधर नू जाइए, सर तां जी आई करदा वी असीं तां कुछ खा के मर जाईए। ਅਸੀਂ ਜਦੋਂ ਕਮਾਉਣ ਚੋਂ ਨਹੀਂ ਖਾ ਖਾਣ ਚੋਂ, ਸਾਡੇ ਘਰਾਂ 'ਚ ਕੋਈ ਰਾਸ਼ਨ ਨੂੰ ਪੈਸਾ ਨਹੀਂ ਹੈਗਾ ਅਤੇ ਅਸੀਂ ਕਿਸ਼ਤਾਂ ਕਿੱਥੋਂ ਭਰਦੀ। ਮੇਰਾ ਨਾਮ ਆਸ਼ਾ ਜੀ। ਕਿੱਥੇ ਰਹਿੰਦੇ ਹੋ? ਆਹੀ ਬਸਤੀ 'ਚ ਰਹਿੰਦੇ। ਕੀ ਨਾਮ ਬਸਤੀ ਦਾ? ਅਤੇ ਬਸਤੀ ਦਾ ਨਾਮ ਕੀ? ਚੰਦਰ ਨਗਰ। ਤੁਸੀਂ ਕਿਹੜੀ ਕੰਪਨੀ ਤੋਂ ਲੋਨ ਲਿਆ ਜੀ? ਅਸੀਂ ਇਹ ਬੰਦਨਾ ਕੰਪਨੀ ਦੀ। ਕਿੰਨੀ ਕਿਸ਼ਤ ਆ ਤੁਹਾਡੀ? ਇਹ ਕਿਸੇ ਦੀ 1800 ਆ, ਕਿਸੇ ਦੀ 1500 ਆ, ਕਿਸੇ ਦੀ 2000 ਆ। ਇਹ ਤੁਹਾਨੂੰ ਕਰਫਿਊ ਦੇ ਵਿੱਚ ਵੀ ਕਿਸ਼ਤਾਂ ਮੰਗਦੇ? ਹਾਂਜੀ। ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ? ਅਸੀਂ ਇਹ ਸਰਕਾਰ ਇਹ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਰੋਟੀ ਇੱਕ ਦੂਏ ਤੋਂ ਕਦੇ ਪੱਤੀ ਲੈ ਲਈ, ਕਿਤੋਂ ਖੰਡ ਮੰਗ ਲਈ, ਕਿਤੋਂ ਤੋਂ ਸਬਜ਼ੀ ਦਾਲ ਮੰਗ ਕੇ ਟਾਈਮ ਪਸਾ ਮਸਾ ਕਰਦੇ ਹਾਂਗੇ। ਕਿਸੇ ਤੋਂ ਕੁਬਲੀ ਆਟੇ ਦੀ ਆਪਦੇ ਚੀਜ਼ੇ ਬਾਹਰ ਮੰਗਣ ਜਾਂਦੇ ਹਾਂ, ਸਰ ਸਰ ਸਾਨੂੰ ਬਾਹਰ ਨਹੀਂ ਮੰਗਣ ਦਿੰਦੇ। ਵੀ ਅਸੀਂ ਜਾਈਏ ਕਿੱਧਰ ਨੂੰ ਜਾਈਏ, ਸਰ ਤਾਂ ਜੀ ਐਂ ਕਰਦਾ ਵੀ ਅਸੀਂ ਤਾਂ ਕੁਛ ਖਾ ਕੇ ਮਰ ਜਾਈਏ। ਅਸੀਂ ਜਦੋਂ ਕਮਾਉਣ ਚੋਂ ਨਹੀਂ ਖਾ ਖਾਣ ਚੋਂ। ਕਿਸ਼ਤਾਂ ਕੌਣ ਲੈਣ ਆਉਂਦਾ ਤੁਹਾਡੇ ਕੋਲ? ਕਿਸ਼ਤ ਇਹੀ ਕੁੜੀ ਆਉਂਦੀ ਹੈਗੀ, ਮੈਡਮ ਹੀ ਆਈ ਹੈਗੀ। ਕੀ ਕਹਿੰਦੀ ਵੀ ਅਸੀਂ ਬੰਦਨਾ ਕੰਪਨੀ ਦੀ? ਕੌਣ ਕੁੜੀ? ਵੀ ਕਹਿੰਦੀ ਵੀ ਮੈਂ ਤਾਂ ਮੈਡਮ ਲੈ ਕੇ ਜਾਣੀ ਜਾਣੀ ਆ, ਕਿਸ਼ਤ ਲੈ ਕੇ ਜਾਣੀ। ਅਸੀਂ ਸਰ ਇੱਥੇ ਆ ਗਏ ਹਾਂਗੇ ਵੀ ਅਸੀਂ ਸਾਰਿਆਂ ਕੋਲ ਜਾਂਦੇ ਹਾਂ, ਅਸੀਂ ਦੱਸਦੇ ਹਾਂ ਵੀ ਜੇ ਕੰਮ ਕਾਰ ਚੱਲੇ ਤਾਂ ਅਸੀਂ ਕਿਸ਼ਤਾਂ ਭਰੀਏ। ਸਰ ਅਸੀਂ ਰੋਟੀ ਤਾਂ ਮੁਸ਼ਕਲ ਖਾਂਦੇ ਹਾਂ, ਵੀ ਕਿਸ਼ਤ ਕਿੱਥੋਂ ਭਰੀਏ? ਨਾਂ ਜੀ ਸ਼ਰਮਾ ਕੌਰ। ਇਹ ਜਿਹੜਾ ਤੁਹਾਡੇ ਕੋਲ ਕਿਸ਼ਤਾਂ ਲੈਣ ਆਉਂਦੇ ਜੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਘਰ ਦੇ ਵਿੱਚ ਸਾਡੇ ਕੋਈ ਰਾਸ਼ਨ ਪੱਤੀ ਕੁਛ ਨਹੀਂ ਹੈਗਾ, ਸਾਡੇ ਬੱਚੇ ਪਰੇਸ਼ਾਨ ਆ, ਭੁੱਖੇ ਰੋਂਦੇ ਪਿਆਸੇ ਰੋਂਦੇ ਆ। ਵੀ ਸਾਡੇ ਘਰਾਂ 'ਚੋਂ ਅਸੀਂ ਕਿਸੇ ਤੋਂ ਖੰਡ ਪੱਤੀ ਮੰਗਦੇ ਹਾਂ, ਕਿਸੇ ਤੋਂ ਆਟਾ ਮੰਗਦੇ ਹਾਂ ਅਤੇ ਬੱਚਿਆਂ ਨੂੰ ਰੋਟੀ ਦੇਈਦੀ ਆ। ਸਾਡੇ ਘਰਾਂ 'ਚ ਕੋਈ ਰਾਸ਼ਨ ਨੂੰ ਪੈਸਾ ਨਹੀਂ ਹੈਗਾ ਅਤੇ ਅਸੀਂ ਕਿਸ਼ਤਾਂ ਕਿੱਥੋਂ ਭਰੀਏ? ਕਿਸ਼ਤਾਂ ਵਾਲੀ ਸਾਨੂੰ ਇਹ ਸੰਜਣਾ ਇਹ ਵੰਦਨਾ ਕੰਪਨੀ ਦੀ ਇਹ ਸਾਨੂੰ ਟਿਕਟ ਨਹੀਂ ਦਿੰਦੀ, ਕਿਸ਼ਤਾਂ ਦਿਓ ਕਿਸ਼ਤਾਂ ਦਿਓ, ਅਸੀਂ ਕਿਸ਼ਤਾਂ ਕਿੱਥੋਂ ਦਈਏ? ਕਿੰਨੇ ਕਿਸ਼ਤਾਂ ਟੁੱਟੀਆਂ ਤੁਹਾਡੀਆਂ? ਇਹ ਕਿਸ਼ਤਾਂ ਸਾਡੀਆਂ ਇੱਕ ਦੋ, ਇਹ ਕਿਸ਼ਤਾਂ ਦੋ ਟੁੱਟੀਆਂ ਨਹੀਂ, ਇਹ ਰਾਣੀ ਕਿਸ਼ਤਾਂ ਇੱਕ ਟੁੱਟੀ ਕੇ ਦੋ ਟੁੱਟੀਆਂ। ਅੱਜ ਦਿਨ ਦਾ ਲੋਕਡਾਊਨ ਹੋਇਆ ਜੀ, ਅਸੀਂ ਕਿਸ਼ਤ ਨਹੀਂ ਦਿੱਤੀ, ਇੱਕ ਖਬਰ ਇੱਕ ਆ ਕੇ ਦੋ ਆ ਜੀ, ਅਸੀਂ ਕਿੱਥੋਂ ਦੇ ਦਈਏ ਕਿਸ਼ਤਾਂ? ਸਾਡੇ ਰੋਟੀ ਨਹੀਂ ਪੱਕਦੀ, ਅਸੀਂ ਕਿਸ਼ਤਾਂ ਕਿੱਥੋਂ? ਸਰਕਾਰ ਤੋਂ ਮੰਗ ਕਰਦੇ? ਸਰਕਾਰ ਸਾਡੇ ਬੱਚਿਆਂ ਦਾ ਕੋਈ ਹੱਲ ਕਰੇ, ਕੋਈ ਦੇਵੇ ਲੇਵੇ ਕੋਈ ਰਾਸ਼ਨ, ਸਾਨੂੰ ਵੀ ਦੁਨੀਆਂ ਨੂੰ ਦੇ ਰਿਹਾ ਰਾਸ਼ਨ, ਸਾਡੇ ਮੁਹੱਲੇ 'ਚ ਕਿਸੇ ਨੇ ਰਾਸ਼ਨ ਨਹੀਂ ਦਿੱਤਾ, ਕੁਛ ਨਹੀਂ ਦਿੱਤਾ। ਬੱਚੇ ਸਾਡੇ ਰੋਂਦੇ ਕਲਾਉਂਦੇ ਆ, ਚਾਹ ਤੋਂ ਵੀ ਰੋਂਦੇ ਆ, ਰੋਟੀ ਤੋਂ ਵੀ ਰੋਂਦੇ ਆ। ਦੱਸ ਇਹਦਾ ਕੀ ਹੱਲ ਹੋਣਾ ਚਾਹੀਦਾ? ਹਾਂਜੀ, ਕੀ ਨਾਮ ਹੈ ਜੀ? ਜੋਗੀ ਸਿੰਘ ਜੀ। ਇਹ ਕਿਹੜਾ ਮੁਹੱਲਾ ਤੁਹਾਡਾ? ਗੁਰੂ ਸ਼੍ਰੀ ਚੰਦਰ ਨਗਰ ਛਾਜਕੜਾ ਮੁਹੱਲਾ ਜੀ। ਕੀ ਪ੍ਰੋਬਲਮ ਆ ਰਹੀ ਤੁਹਾਨੂੰ? ਪ੍ਰੋਬਲਮ ਤਾਂ ਆਹੀ ਆ ਜੀ, ਵੀ ਸਾਡੇ ਮੁਹੱਲੇ 'ਚ ਨਾ ਤਾਂ ਕੋਈ ਕੰਮ ਆ, ਨਾ ਕੋਈ ਸਰਕਾਰ ਆ, ਭੁੱਖੇ ਤੇ ਆਏ ਮਰੀ ਜਾਂਦੇ ਆ, ਪਬਲਿਕ ਸਾਡੀ ਬਹੁਤ ਬੁਰਾ ਹਾਲ, ਨਾ ਕੋਈ ਧੰਦੇ ਗਰੀਬਾਂ ਬੰਦਿਆਂ ਨੂੰ, ਨਾ ਤਾਂ ਕੋਈ ਗੇੜੇ ਨੂੰ। ਆ ਜਿਹੜਾ ਕੁਆਰ ਕੁੜ ਦਾ ਕੰਮ ਕਰਦਾ ਜੀ, ਉਹ ਵੀ ਠੱਪ ਹੋਇਆ ਪਿਆ ਜੀ, ਨਾ ਕੋਈ ਕੁਆਰੀ ਆ ਦੁਕਾਨ 'ਤੇ ਕੋਈ ਮਾਲ ਲੈ ਰਿਹਾ, ਨਾ ਕੋਈ, ਸਾਨੂੰ ਇੰਨੀ ਕੁ ਪ੍ਰੋਬਲਮ ਹੈ ਵੀ ਪੁੱਛੋ ਨਾ ਜੀ, ਬਹੁਤ ਬੁਰਾ ਹਾਲ ਆ। ਨਹੀਂ, ਜਿਹੜੇ ਤੁਹਾਡੇ ਬੁੜੀਆਂ ਨੇ ਲੋਨ ਲਏ ਹੋਏ ਆ ਜੀ, ਲੋਨ ਲਏ ਹੋਏ ਆ ਜੀ, ਹੁਣ ਦੱਸੋ ਜੇ ਕੋਈ ਕੰਮ ਕਾਰ 'ਤੇ ਜਾਊਗਾ ਬੰਦਾ ਫਿਰ ਹੀ ਉਹ ਲੋਨ ਪਾਸ ਹੋਊਗਾ, ਦਿੱਤੇ ਜਾਣਗੇ, ਅਸੀਂ ਕੋਈ ਮੁੱਕਰਦੇ ਨਹੀਂ। ਵੀ ਲੋਨ ਲਏ ਹੋਏ ਆ ਜਿਹੜੇ, ਅਸੀਂ ਦੇਵਾਂਗੇ ਜ਼ਰੂਰ, ਪਰ ਪ੍ਰੋਬਲਮ ਸਾਡੀ ਆ ਵਾ ਵੀ ਸਾਡੇ ਘਰ ਤਾਂ ਨਾ ਕੋਈ ਆਟਾ ਹੀ ਆ, ਕੋਈ ਨਾ ਲੂਣ, ਨਾ ਕੋਈ ਤੇਲ ਆ, ਬਹੁਤ ਪ੍ਰੋਬਲਮ ਆ ਸਰ। ਉਹ ਕਿਸ਼ਤਾਂ ਮੰਗਣ ਆਉਂਦੇ? ਹਾਂਜੀ, ਕਿਸ਼ਤਾਂ ਮੰਗਣ ਆਉਂਦੇ, ਸਾਨੂੰ ਉਹ ਤੰਗ ਪਰੇਸ਼ਾਨ ਕਰਦੇ, ਸਾਡੀਆਂ ਬੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਅਸੀਂ ਤੁਹਾਡੇ ਸਮਾਨ ਲੈ ਜਾਵਾਂਗੇ ਚੱਕ ਕੇ, ਅਸੀਂ ਨਹੀਂ ਤਾਂ ਤੁਹਾਨੂੰ ਵਿਆਜ ਸਣੇ ਤੁਹਾਡੇ 'ਤੇ ਬਣੀ ਦੀ ਕਾਰਵਾਈ ਕਰਵਾਵਾਂਗੇ। ਕੀ ਸਰਕਾਰ ਤੋਂ ਮੰਗ ਕਰਦੇ? ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਜੀ, ਸਾਡਾ ਫਾਇਦਾ ਕੀਤਾ ਜਾਵੇ, ਜੋ ਬਣਦੀਆਂ ਕਿਸ਼ਤਾਂ ਆ ਲੋਕਡਾਊਨ ਖੁੱਲ੍ਹਣ ਦਿਓ, ਕੰਮ ਤਾਂ ਕਾਰ ਚੱਲਣਗੇ, ਫਿਰ ਅਸੀਂ ਦੇ ਸਕਦੇ ਹਾਂ। ਠੀਕ। ਕਿੱਦਾਂ ਵੇਖ ਕੇ ਅਸੀਂ ਧੋਤਾ ਰੋਟੀਆਂ ਨਹੀਂ ਆਉਂਦੀਆਂ।
ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।